ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ A1 ਅਰਬਨ ਟ੍ਰੇਨਿੰਗ ਸੈਂਟਰ ਦੇ ਅਫੀਸ਼ੀਅਲ YouTube ਚੈਨਲ ਦੇ ਵਿੱਚ, ਜਿਹੜਾ ਕਿ YouTube ਦਾ ਪਹਿਲਾ ਵੈਰੀਫਾਈਡ ਦਸਤਾਰ ਸਿਖਲਾਈ ਚੈਨਲ ਹੈ। ਐਂਡ ਜਿੱਥੋਂ ਤੁਸੀਂ ਦਸਤਾਰਾਂ ਦੀਆਂ ਆਪਣੀਆਂ ਮਨਪਸੰਦ ਦੀਆਂ ਵੀਡੀਓਜ਼ ਦੇਖ ਕੇ ਆਪਣੀ ਦਸਤਾਰ ਦੀ ਸੁਧਾਰ ਕਰਦੇ ਰਹਿੰਦੇ ਹੋ, ਇੱਥੋਂ ਤੁਸੀਂ ਬੈਸਟ ਕੁਆਲਿਟੀ ਕਾਟਨ ਦਾ ਕੱਪੜਾ ਵੀ ਲੈ ਸਕਦੇ ਹੋ, ਜਿਹੜਾ ਕਿ ਗਰੰਟੀ ਵਾਲਾ ਕੱਪੜਾ ਹੁੰਦਾ ਐਂਡ ਡਬਲ ਵਾਸ਼ ਕੱਪੜਾ ਹੁੰਦਾ। ਡਬਲ ਵਾਸ਼ ਕਹਿਣ ਦਾ ਮਤਲਬ ਜਿਹਦੇ ਵਿੱਚ ਮਾਵਾਂ ਨਹੀਂ ਲੱਗਿਆ ਹੁੰਦਾ, ਮਾਂਡੀ ਨਹੀਂ ਹੁੰਦੀ। ਐਂਡ ਇਹ ਕੱਪੜਾ ਅਸੀਂ ਪੂਰੇ ਵਰਲਡ ਦੇ ਵਿੱਚ ਕਿਸੇ ਵੀ ਸ਼ਹਿਰ, ਕਿਸੇ ਵੀ ਦੇਸ਼, ਕਿਸੇ ਵੀ ਪਿੰਡ ਦੇ ਵਿੱਚ ਭੇਜ ਦਿੰਦੇ ਹਾਂ। ਕੱਪੜਾ ਆਰਡਰ ਕਰਨ ਲਈ ਤੁਸੀਂ ਜਾਓ shahipagturban.com ਤੇ ਜਾਂ ਫਿਰ turbansenter.com ਤੇ। ਜਿਹੜੇ ਮੇਰੇ ਵੀਰ ਇੰਡੀਆ ਤੋਂ ਬਾਹਰ ਰਹਿੰਦੇ ਨੇ, ਉਹ 9808-6228 'ਤੇ ਆਰਡਰ ਕਰ ਸਕਦੇ ਨੇ। ਸੋ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਡੇ ਲਈ ਦਸਤਾਰਾਂ ਦੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ। ਸੋ ਅੱਜ ਤੁਹਾਡੇ ਲਈ ਲੈ ਕੇ ਆਇਆ ਦਾ ਵੈਰੀ ਸਿੰਪਲ ਦਸਤਾਰ, 5 ਲੜਾਂ ਦੇ ਵਿੱਚ 6 ਮੀਟਰ ਦਸਤਾਰ। ਇਸ ਵੀਡੀਓ ਦੇ ਵਿੱਚ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਉਹ ਗੱਲਾਂ ਦੱਸੀਆਂ ਜਾਣਗੀਆਂ ਜਿਹੜੀ ਦਸਤਾਰ ਸ਼ੁਰੂਆਤ ਕਰਨ ਵੇਲੇ ਤੁਸੀਂ ਹਮੇਸ਼ਾ ਯਾਦ ਰੱਖਣੀਆਂ ਨੇ, ਜਿਵੇਂ ਕਿ ਪੱਗ ਦੀ ਪੂਣੀ, ਪੱਗ ਦਾ ਬੇਸ ਐਂਡ ਉਹਦੇ ਵਿੱਚ ਜਿਹੜੇ ਰੂਲਸ ਹੁੰਦੇ ਨੇ, ਕਿਹੜਾ ਪੱਲਾ ਕਿੱਥੇ ਲਾਉਣਾ, ਕਿੰਨੇ ਇੰਚ 'ਤੇ ਲਾਉਣਾ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਦਸਤਾਰ ਦੀ ਪੂਰੀ ਜਾਣਕਾਰੀ ਮਿਲ ਸਕੇ ਕਿ ਦਸਤਾਰ ਨੂੰ ਕਿੱਦਾਂ ਸਜਾਈਦਾ ਆ, ਤਾਂ ਪੂਰਾ ਵੀਡੀਓ ਨੂੰ ਐਂਡ ਤੱਕ ਦੇਖਿਓ। ਜੇ ਤੁਸੀਂ ਇਸੇ ਤਰੀਕੇ ਨਾਲ ਸੋਹਣੇ ਸੋਹਣੀ ਪੱਗਾਂ ਦੇ ਵੀਡੀਓਜ਼ ਦੇਖਣਾ ਪਸੰਦ ਕਰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਅਤੇ ਬੈਲ ਆਈਕਨ ਜ਼ਰੂਰ ਦਬਾ ਕੇ ਰੱਖੋ। ਅਸੀਂ ਦਸਤਾਰ ਨੂੰ ਪਾਣੀ ਲਾਉਣਾ ਕਿਉਂਕਿ ਅਸੀਂ ਮੋਰਨੀ ਪੱਗ ਵਿੱਚ ਜਾਣਾ ਹੈ, ਸੋ ਪਾਣੀ ਲਾਉਣਾ ਬਹੁਤ ਜ਼ਰੂਰੀ ਆ। ਛਿੜਕਾ ਦੇਵਾਂਗੇ, ਦਸਤਾਰ ਨੂੰ ਗਿੱਲਿਆ ਨਹੀਂ ਕਰਨਾ ਪ੍ਰੋਪਰਲੀ, ਅਸੀਂ ਇਹਨੂੰ ਸਿੱਲਾ ਕਰਨਾ ਹੈ, ਮੋਇਸਚਰਾਈਜ਼ ਕਰਨਾ ਹੈ। ਅਤੇ ਗਿੱਲਾ ਕਰਨ ਦੇ ਨਾਲ ਪਹਿਲੀ ਗੱਲ ਤਾਂ ਸਿਰ ਦੇ ਵਿੱਚ ਜਿਵੇਂ ਕਿ ਕੇਸਾਂ ਦੇ ਵਿੱਚ ਸਮੈਲ ਵੀ ਆਉਣ ਲੱਗ ਜਾਂਦੀ ਹੈ, ਸੋ ਦੈਟ ਇਜ਼ ਵਾਈ ਅਸੀਂ ਕਦੇ ਵੀ ਜ਼ਿਆਦਾ ਰਿਕਮੈਂਡ ਨਹੀਂ ਕਰਦੇ ਕਿ ਪਾਣੀ ਲਾਓ। ਅਤੇ ਉਹਨਾਂ ਕੁ ਮਤਲਬ ਕਿ ਗਿੱਲਾ ਕਰਨਾ ਹੁੰਦਾ ਜਿੰਨੀ ਕੁ ਆਪਾਂ ਨੂੰ ਲੋੜ ਹੈ, ਕਿਉਂਕਿ ਮੋਰਨੀ ਪੱਗ ਦੇ ਵਿੱਚ ਫਰੰਟ ਤੋਂ ਸ਼ੇਪ ਬਣਾਉਣੀ ਹੁੰਦੀ ਆ, ਸੋ ਦੈਟ ਇਜ਼ ਵਾਈ ਇਹਨੂੰ ਅਸੀਂ ਹਲਕਾ ਜਿਹਾ ਮੋਇਸਚਰਾਈਜ਼ ਕਰਕੇ ਹੀ ਬੰਨਦੇ ਹਾਂ। ਇਹਦੇ ਵਿੱਚ ਕੋਈ ਕੁਆਂਟਿਟੀ ਨਹੀਂ ਹੈ ਕਿ ਤੁਸੀਂ ਅੱਧਾ ਗਲਾਸ ਲਾਉਣਾ ਹੈ ਜਾਂ ਇੱਕ ਕੌਲੀ ਲਾਉਣਾ ਹੈ ਪਾਣੀ। ਅਤੇ ਐਸਟੀਮੇਟਲੀ ਬਸ ਇੱਦਾਂ ਹੋਣਾ ਚਾਹੀਦਾ ਕਿ ਦਸਤਾਰ ਜਿਹੜੀ ਆ ਚਾਰੇ ਪਾਸਿਓਂ ਸਿੱਲੀ ਹੋਣੀ ਚਾਹੀਦੀ ਆ, ਗਿੱਲੀ ਨਹੀਂ ਹੋਣੀ ਚਾਹੀਦੀ। ਅਤੇ ਇਹ ਵੀ ਨਾ ਹੋਵੇ ਕਿ ਦਸਤਾਰ ਪੂਰੀ ਨੁਚੜ ਜਾਵੇ, ਕਿ ਜੇ ਤੁਸੀਂ ਪੱਗ ਨੂੰ ਫੜ ਕੇ ਨਿਚੋੜੋ ਅਤੇ ਪਾਣੀ ਵਿੱਚੋਂ ਨਿਕਲਦਾ ਹੋਵੇ। ਇੰਨਾ ਜ਼ਿਆਦਾ ਗਿੱਲਾ ਨਹੀਂ ਕਰਨਾ, ਸਿੰਪਲ ਜਿਹਾ ਇੰਨਾ ਕਿ ਆਪਣਾ ਮੋਟਿਵ ਹੋਣਾ ਚਾਹੀਦਾ ਕਿ ਦਸਤਾਰ ਆਪਣੀ ਆ ਜੋ ਹੈ, ਮਤਲਬ ਕਿ ਜਿਹੜਾ ਗ੍ਰਿਪ ਆ ਅਤੇ ਇਹਦੀ ਜਿਹੜੀ ਕਹਿ ਲਓ ਕਿ ਫਰਿਕਸ਼ਨ ਆ ਉਹ ਥੋੜ੍ਹੀ ਜਿਹੀ ਵਧੀਆ ਤਰੀਕੇ ਨਾਲ ਬਣ ਜਾਏ, ਅਤੇ ਦਸਤਾਰ ਜਦੋਂ ਅਸੀਂ ਬੰਨਾਂਗੇ ਤਾਂ ਨਾਲ ਦੀ ਨਾਲ ਬੰਨਦੇ ਹੋਇਆਂ ਸਾਨੂੰ ਵਧੀਆ ਗ੍ਰਿਪ ਮਿਲੇ। ਸੋ ਆਪਣੀ ਦਸਤਾਰ ਜੋ ਹੈ ਉਹ ਸਿੱਲੀ ਹੋ ਗਈ ਹੈ। ਦੇਖੋ ਤੁਸੀਂ ਜਿਵੇਂ ਕਿ ਸੈਂਟਰ ਦੇ ਵਿੱਚੋਂ ਕਿਤੇ ਕਿਤੇ ਪਾਣੀ ਡਰੋਪ ਹੈਗੇ ਨੇ, ਪਰ ਕਾਫੀ ਜਗ੍ਹਾ ਤੋਂ ਅਸੀਂ ਪਾਣੀ ਲਗਾ ਲਿਆ ਹੋਇਆ। ਹੁਣ ਅਸੀਂ ਇਹਦੀ ਪੂਣੀ ਕਰਾਂਗੇ। ਦਸਤਾਰ ਦੀ ਪੂਣੀ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਕੋਈ ਵੀ ਕਿਨਾਰਾ ਫੜ ਲੈਣਾ ਜਿਹੜਾ ਕਿ ਕੁਛ ਇਸ ਤਰੀਕੇ ਦਾ ਹੋਏਗਾ, ਕੱਚੀ ਧਾਰ ਖੱਬੇ ਪਾਸੇ, ਪੱਕੀ ਧਾਰ ਸੱਜੇ ਪਾਸੇ, ਇਹ ਧਿਆਨ ਰੱਖਣਾ ਹੈ। ਅਤੇ ਚਾਰੇ ਕਿਨਾਰੇ ਪਹਿਲਾਂ ਅਸੀਂ ਇੱਕ ਵਾਰੀ ਸੈੱਟ ਕਰ ਲੈਣੇ ਆ ਤਾਂ ਕਿ ਤੁਹਾਨੂੰ ਪੂਣੀ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਕੱਚੀ ਧਾਰ ਖੱਬੇ ਪਾਸੇ, ਪੱਕੀ ਧਾਰ ਸੱਜੇ ਪਾਸੇ, ਦਰਵਾਜ਼ੇ ਦੇ ਕੁੰਡੇ ਨਾਲ, ਪੌੜੀਆਂ ਦੇ ਗ੍ਰਿਲ ਦੇ ਨਾਲ ਜਾਂ ਫਿਰ ਬਾਰੀ ਦੇ ਕੁੰਡੇ ਨਾਲ ਕਿਤੇ ਵੀ ਉੜਾ ਕੇ ਇੱਥੋਂ ਅਸੀਂ 2 ਗਿੱਠਾਂ ਦੀ ਦੂਰੀ ਰੱਖਣੀ ਹੈ। ਚਾਹੇ ਤੁਸੀਂ ਛੋਟੀ ਪੱਗ ਬੰਨੋ, ਚਾਹੇ ਵੱਡੀ ਬੰਨੋ, ਚਾਹੇ ਪਰਨਾ ਬੰਨੋ, ਜੋ ਮਰਜ਼ੀ ਕਰੋ, ਇਸ ਜਗ੍ਹਾ ਤੋਂ ਤੁਹਾਡੀ ਜਿਹੜੀ ਗੱਠ ਆ ਉਹ 2 ਗਿੱਠਾਂ ਦੀ ਦੂਰੀ 'ਤੇ ਹੀ ਹੋਣੀ ਚਾਹੀਦੀ ਆ। ਪ੍ਰੋਪਰਲੀ ਨੋਟ ਮਾਰਾਂਗੇ, ਫਲਾਵਰ ਨੋਟ, ਧਿਆਨ ਰੱਖਣਾ ਆ ਗੱਠ ਮਾਰਦੇ ਹੋਇਆਂ ਕੱਚੀ ਧਾਰ ਲੈਫਟ ਸਾਈਡ 'ਤੇ, ਪੱਕੀ ਧਾਰ ਰਾਈਟ ਸਾਈਡ 'ਤੇ। ਖਿੱਚ ਕੇ ਪਿੱਛੇ ਲਿਆਵਾਂਗੇ, ਦਸਤਾਰ ਨੂੰ ਖਿੱਚਦੇ ਹੋਇਆਂ ਪਿੱਛੇ ਲਿਆਉਣਾ। ਹਲਕਾ ਹਲਕੀ ਅਸੀਂ ਇਹਨੂੰ ਇੱਦਾਂ ਜਰਕ ਦੇਵਾਂਗੇ, ਝਟਕਾ ਮਾਰਾਂਗੇ ਹਲਕਾ ਹਲਕਾ। ਕੋਰਨਰ ਤੋਂ ਆ ਕੇ ਅਸੀਂ ਦਸਤਾਰ ਨੂੰ ਖਿੱਚ ਲੈਣਾ, ਕਿਨਾਰਾ ਖਿੱਚਾਂਗੇ ਪ੍ਰੋਪਰਲੀ, ਅਤੇ ਇੱਥੋਂ ਅਸੀਂ 1 ਮੀਟਰ ਦੀ ਦੂਰੀ ਰੱਖਾਂਗੇ ਜਿਹੜੀ ਆਪਣੀ ਸਿਉਣ ਤੱਕ ਹੁੰਦੀ ਹੈ, ਸਟਿਚਿੰਗ ਤੱਕ ਹੁੰਦੀ ਹੈ, ਸਿਉਣ ਤੱਕ। ਇੱਥੋਂ ਇੱਕ ਸਾਈਡ ਫੜਾਂਗੇ, ਦੂਜੀ ਸਾਈਡ ਉਹਦੇ ਓਪੋਜ਼ਿਟ ਸਾਈਡਾਂ ਖਿਲਾਰ ਦੇਵਾਂਗੇ। ਵਾਰੀ ਵਾਰੀ ਅਸੀਂ ਫੋਲਡ ਕਰਾਂਗੇ, ਪਹਿਲਾਂ ਲੈਫਟ ਸਾਈਡ ਪਾਉਣੀ ਹੈ ਖੱਬਾ ਪਾਸਾ, ਦੈਨ ਸੱਜਾ ਪਾਸਾ। ਇੱਦਾਂ ਪਾਉਣ ਦੇ ਨਾਲ ਇੱਥੇ ਇੱਕ ਲੋਕ ਲੱਗ ਜਾਂਦਾ ਐਂਡ ਹਲਕਾ ਹਲਕਾ ਰੋਲ ਕਰਦਿਆਂ ਹੋਇਆਂ ਪਿੱਛੇ ਆਉਣਾ। ਹੁਣ ਤੁਹਾਨੂੰ ਇੱਕ ਰੀਜ਼ਨ ਦੱਸ ਦਿੰਦੇ ਹਾਂ ਕਿ ਜਦੋਂ ਅਸੀਂ ਕੱਚੀ ਧਾਰ ਉੱਥੇ ਖੱਬੇ ਪਾਸੇ ਰੱਖਦੇ ਹਾਂ ਅਤੇ ਇੱਧਰ ਪੱਕੀ ਧਾਰ ਸੱਜੇ ਪਾਸੇ ਰੱਖਦੇ ਹਾਂ, ਮਤਲਬ ਲੈਫਟ ਸਾਈਡ 'ਤੇ ਕੱਚੀ ਸਾਈਡ, ਰਾਈਟ ਸਾਈਡ 'ਤੇ ਪੱਕੀ ਸਾਈਡ, ਇੱਥੇ ਆ ਕੇ ਓਪੋਜ਼ਿਟ ਹੋ ਜਾਂਦਾ। ਤੁਹਾਡੇ ਹੱਥ ਵਿੱਚ ਹਮੇਸ਼ਾ ਸਿਉਣ ਜਿਹੜੀ ਤੁਹਾਡੀ ਰਾਈਟ ਸਾਈਡ 'ਤੇ ਹੋਣੀ ਚਾਹੀਦੀ ਆ, ਸਟਿਚਿੰਗ ਹਮੇਸ਼ਾ ਰਾਈਟ ਸਾਈਡ 'ਤੇ ਹੋਣੀ ਚਾਹੀਦੀ ਆ। ਉਹਦਾ ਰੀਜ਼ਨ ਇਹ ਆ ਕਿ ਪਹਿਲਾ ਪੱਲਾ ਤੁਹਾਡਾ ਇਹ ਬਣਨਾ, ਗੱਠ ਵਾਲਾ ਪਾਸਾ ਅਖੀਰਲਾ ਪੱਲਾ ਬਣਨਾ, ਇਹ ਵਾਲੇ ਪੱਲੇ ਤੁਸੀਂ ਮੂੰਹ 'ਚ ਫੜਨਾ ਹੁੰਦਾ ਜਿੱਥੇ ਪੱਗ ਬਣਨੀ ਹੁੰਦੀ ਆ। ਇਹਦੇ ਨਾਲ ਫਾਇਦਾ ਇਹ ਹੋਏਗਾ ਕਿ ਤੁਹਾਡੀ ਪੱਗ ਬੰਨਦਿਆਂ ਹੋਇਆ ਤੁਹਾਡੇ ਪੱਲਿਆਂ ਦੇ ਵਿੱਚ ਸਿਉਣ ਨਹੀਂ ਆਉਂਦੀ, ਸਟਿਚਿੰਗ ਨਹੀਂ ਆਉਂਦੀ ਐਂਡ ਇਹ ਇੱਕ 99.9% ਜਿਹੜੀ ਸ਼ੋਰਟੀ ਹੁੰਦੀ ਆ। ਨਹੀਂ ਤਾਂ ਕਈ ਦਸਤਾਰ ਜਿਹੜੀਆਂ ਵੱਡੀਆਂ ਹੁੰਦੀਆਂ ਨੇ ਅਤੇ ਕਈ ਛੋਟੀਆਂ ਹੁੰਦੀਆਂ ਨੇ, ਤਾਂ ਉਹਨਾਂ ਦੇ ਉੱਪਰ ਕਾਫੀ ਜ਼ਿਆਦਾ ਡਿਪੈਂਡ ਕਰਦਾ ਹੈ।
ਅਤੇ ਇੱਥੋਂ ਅਸੀਂ ਚਾਰ ਉਂਗਲਾਂ ਚੌੜਾਈ ਰੱਖ ਕੇ ਅਤੇ ਸੈਂਟਰ 'ਚੋਂ 5 ਤੋਂ 6 ਜ਼ਿਗਜ਼ੈਗ ਕਰਦੇ ਹੋਇਆਂ ਪੂਣੀ ਨੂੰ ਕਰਾਂਗੇ। ਤੈਅ ਕਰਨਾ ਆ ਇਹਦੀ ਪ੍ਰੋਪਰ ਪੂਣੀ, ਤੁਸੀਂ ਦੇਖਣ ਲਈ ਉੱਪਰਲੇ ਲਿੰਕ 'ਤੇ ਜਾ ਸਕਦੇ ਹੋ ਜਿੱਥੇ ਅਸੀਂ ਦਿਖਾਇਆ ਹੋਇਆ ਕਿ ਪੱਗ ਦੀ ਪੂਣੀ ਕਿੱਦਾਂ ਕਰੀ ਦੀ ਆ। ਐਂਡ ਇੱਦਾਂ ਪੂਣੀ ਕਰਕੇ ਉਸ ਤੋਂ ਬਾਅਦ ਅਸੀਂ ਗੱਠ ਖੋਲ੍ਹ ਲੈਣੀ ਆ। ਇਹ ਖੀਲਾ ਪੱਲਾ ਆ, ਤੁਸੀਂ ਇਹਨੂੰ ਗੱਠ ਨੂੰ ਲੱਗੀ ਵੀ ਰਹਿਣ ਦੇ ਸਕਦੇ ਹੋ ਜੇ ਤੁਹਾਡੇ ਕੋਲ ਕੁੰਡਾ ਜਿਹੜਾ ਖੁੱਲ੍ਹਾ ਹੁੰਦਾ, ਕਈ ਵਾਰੀ ਜਿਵੇਂ ਇੱਕ ਹੈਂਡਲ ਵਾਲਾ ਕੁੰਡਾ ਹੁੰਦਾ ਤਾਂ ਤੁਸੀਂ ਗੱਠ ਨੂੰ ਲੱਗਿਆ ਹੀ ਰਹਿਣ ਦੇ ਸਕਦੇ ਹੋ, ਅਤੇ ਅਖੀਲਾ ਪੱਲਾ ਹੈ ਕਿਉਂਕਿ ਇਹ ਲਾਸਟ ਵਾਲਾ ਹੈ ਗੱਠ ਵਾਲਾ ਪਾਸਾ। ਕਿਸੇ ਵੀ ਪੱਗ ਭਰਨੇ ਜਾਂ ਫਿਰ ਦਸਤਾਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਥੱਲੇ ਬੇਸ ਬਣਨਾ ਬਹੁਤ ਜ਼ਰੂਰੀ ਆ। ਅਸੀਂ ਇੱਕ ਵੀਡੀਓ ਬਣਾਈ ਹੋਈ ਆ ਜਿਹਦੇ ਵਿੱਚ ਅਸੀਂ 4-5 ਤਰੀਕੇ ਨਾਲ ਬੇਸ ਬਣਾਉਣਾ ਦੱਸਿਆ ਆ, ਜਿਹਦੇ ਵਿੱਚ ਬੱਚਿਆਂ ਲਈ ਵੀ ਬੇਸ ਹੈਗਾ, ਵੱਡੇ ਬਣੇ ਵੀਰਾਂ ਲਈ ਵੀ ਹੈਗਾ, ਐਂਡ ਮੇਰੇ ਜਿਹੜੇ ਵੀਰ ਆਲਰੇਡੀ ਪੱਗ ਬੰਨ ਰਹੇ ਨੇ ਉਹਨਾਂ ਵਾਸਤੇ ਵੀ ਕੁਝ ਕੰਫਰਟੇਬਲ ਬੇਸ ਦੇ ਤਰੀਕੇ ਦੱਸੇ ਹੋਏ ਨੇ। ਸੋ ਜਿਹੜਾ ਤੁਹਾਨੂੰ ਕੰਫਰਟੇਬਲ ਲੱਗਦਾ ਆ ਉਹਦੇ 'ਚ ਦੱਸਿਆ ਹੋਇਆ ਕਿ ਵੱਡੇ ਵਾਲਾਂ ਲਈ ਬੇਸ ਕਿਹੜਾ ਆ, ਮੋਨੇ ਮੁੰਡਿਆਂ ਲਈ ਬੇਸ ਕਿਹੜਾ ਆ, ਐਂਡ ਜਿਹੜਾ ਕਾਮਨਲੀ ਬੇਸ ਜਿਹੜਾ ਯੂਜ਼ ਕਰ ਸਕਦੇ ਹਰ ਕਿਹੜਾ ਜਿਹੜਾ ਮੇਰਾ ਵੀਰ, ਅਤੇ ਉਹਨਾਂ ਵਾਸਤੇ ਕਿਹੜਾ ਆ। ਸੋ ਉਹ ਵੀਡੀਓ ਸਰਚ ਕਰਨ ਲਈ ਤੁਸੀਂ ਸਰਚ ਕਰਨਾ ਹੈ ਹਾਊ ਟੂ ਮੇਕ ਅ ਬੇਸ ਅੰਡਰ ਟਰਬਨ, ਅਤੇ ਇੱਕ ਵੀਡੀਓ ਹੈਗੀ ਆ ਹਾਊ ਟੂ ਮੈਨੇਜ ਹੇਅਰਸ ਅੰਡਰ ਟਰਬਨ। ਇਹ ਦੋ ਵੀਡੀਓਜ਼ ਦੇਖਣੀਆਂ ਬਹੁਤ ਜ਼ਰੂਰੀ ਨੇ, ਇੱਥੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਦਸਤਾਰ ਦੇ ਥੱਲੇ ਬੰਨਣ ਵਾਲੇ ਬੇਸ ਕਿੱਦਾਂ ਬਣਾਈਦੇ ਨੇ। ਜਿਹੜਾ ਬੇਸ ਅਸੀਂ ਸਜਾ ਰਹੇ ਹਾਂ ਇਸ ਟਾਈਮ ਇਹਨੂੰ ਕੇਸਕੀ ਵਾਲਾ ਬੇਸ ਕਹਿੰਦੇ ਨੇ, ਐਂਡ ਇਹ 1 ਮੀਟਰ ਦਾ ਹੈ, ਫੁੱਲ ਵੈਲ ਦਾ ਕੱਪੜਾ ਆ, ਅਤੇ ਇਹ ਕਾਫੀ ਕੰਫਰਟੇਬਲ ਹੁੰਦਾ ਹੈ, ਇਹਦੇ ਵਿੱਚ ਇੱਕ ਵੀ ਗੱਠ ਨਹੀਂ ਹੁੰਦੀ। ਇਹਦੇ ਨਾਲ ਦੇ ਹੋਰ ਵੀ ਤਰ੍ਹਾਂ ਦੇ ਬੇਸ ਅਸੀਂ ਬਣਾਏ ਨੇ ਜਿਹੜੇ ਕਿ ਤੁਹਾਡੇ ਸਿਰ ਦੇ ਅਕੋਰਡਿੰਗ ਤੁਹਾਨੂੰ ਕੰਫਰਟ ਦੇ ਸਕਦੇ ਨੇ, ਜਿੱਦਾਂ ਤੁਹਾਨੂੰ ਠੀਕ ਲੱਗੇ ਤੁਸੀਂ ਉਹਨੂੰ ਦੇਖ ਕੇ ਅੱਗੇ ਆਪਣੀ ਜਿਹੜੀ ਦਸਤਾਰ ਹੈ ਕੰਟੀਨਿਊ ਕਰ ਸਕਦੇ ਹੋ। ਸੋ ਜਿਵੇਂ ਕਿ ਅੱਜ ਅਸੀਂ ਸਿੰਪਲ ਦਸਤਾਰ ਸਜਾਉਣੀ ਆ ਜਿਹਦੇ ਵਿੱਚ 5 ਲੜ ਹੋਣਗੇ, ਐਂਡ ਇਹ ਪੱਗ ਦੋਨੋਂ ਪਾਸੇ ਬਰਾਬਰ ਹੋਏਗੀ, ਇਹਨੂੰ ਸਿੰਪਲ ਪੱਗ ਵੀ ਕਹਿੰਦੇ ਆ। ਸੋ ਸ਼ੁਰੂਆਤ ਕਰਦੇ ਹਾਂ। ਪਹਿਲਾ ਪੱਲਾ ਸਭ ਤੋਂ ਪਹਿਲਾ ਪੱਲਾ ਪਿੱਛੋਂ ਸੈਂਟਰ 'ਚ ਸਿਰ ਦੀ ਸਾਈਡ ਤੋਂ, ਸਿਰ ਦੀ ਰਾਈਟ ਸਾਈਡ ਤੋਂ ਹਮੇਸ਼ਾ ਯਾਦ ਰੱਖਿਓ, ਖੱਬੇ ਹੱਥ ਵਿੱਚ ਤੁਸੀਂ ਪੱਲਾ ਫੜਨਾ ਹੈ ਲੈਫਟ ਹੈਂਡ ਕਹਿਣ ਦਾ ਮਤਲਬ, ਅਤੇ ਉੱਪਰੋਂ ਰਾਈਟ ਹੈਂਡ ਸਾਈਡ ਤੋਂ ਲੈ ਕੇ ਆਉਣਾ ਸਿਰ ਤੋਂ, ਐਂਡ ਇੱਥੇ ਆ ਕੇ ਇਹਨੂੰ ਅਸੀਂ ਡਬਲ ਕਰਾਂਗੇ। ਧਿਆਨ ਨਾਲ ਦੇਖੋ ਡਬਲ ਕਿੱਦਾਂ ਕਰਨਾ, ਖਿੱਚ ਕੇ ਫੋਲਡ ਉੱਪਰ ਤੱਕ ਪੂਰਾ ਪ੍ਰੋਪਰਲੀ ਫੋਲਡ, ਡਬਲ ਕਰਕੇ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਅੱਧਾ ਮੱਥਾ ਅੱਧੀ ਅੱਖ ਅੱਧੀ ਗੱਲ ਅੱਧਾ ਕੰਨ ਕਵਰ ਕਰਨਾ ਹੀ ਕਰਨਾ, ਅਤੇ ਘੁੰਮਣਾ ਜ਼ਰੂਰੀ ਆ ਤਾਂ ਕਿ ਤੁਹਾਡੀ ਪੱਗ ਦੀ ਪੂਣੀ ਖਰਾਬ ਨਾ ਹੋਵੇ। ਉਸ ਤੋਂ ਬਾਅਦ ਆਪ ਜੀ ਨੇ ਤੁਹਾਡੀ ਰਾਈਟ ਸਾਈਡ ਤੋਂ, ਮੇਰੀ ਰਾਈਟ ਸਾਈਡ ਇਹ ਵਾਲੀ ਆ, ਕੰਨ ਤੋਂ ਉੱਚਾ ਲਾਵਾਂਗੇ ਪਹਿਲਾਂ ਪੱਲਾ, ਐਂਡ ਬੈਕ ਸਾਈਡ ਤੋਂ ਆਪ ਜੀ ਨੂੰ ਦਿਖਾ ਦਿੰਦੇ ਹਾਂ ਕੰਨ ਤੋਂ ਉੱਚਾ, ਪਰ ਪਹਿਲੇ ਪੱਲੇ ਦੇ ਨਾਲ ਲਾਉਣਾ ਹੈ, ਇੱਥੋਂ ਅਸੀਂ 2 ਉਂਗਲਾਂ ਦੀ ਗੈਪ ਰੱਖ ਸਕਦੇ ਹਾਂ ਕਿਉਂਕਿ ਇਹ ਸਿੱਧੀ ਪੱਗ ਬਣਨੀ ਹੈ। ਅੱਗੇ ਆ ਕੇ ਸਾਫ ਕਰਕੇ ਪਿੰਚ ਕਰਾਂਗੇ, ਪਿੰਚ ਦੇਖੋ ਕਿੱਦਾਂ ਕਰਨਾ, ਸੀ ਬਣਾ ਕੇ ਉਹ ਬਣਾਉਣਾ, ਹੱਥਾਂ ਦੀ ਪੋਜੀਸ਼ਨ ਧਿਆਨ ਰੱਖਿਓ, ਅਤੇ ਪਹਿਲਾ ਪਿੰਚ ਤੁਹਾਡੀ ਰਾਈਟ ਆਈ ਦੇ ਉੱਪਰ ਹੋਣਾ ਚਾਹੀਦਾ ਕਿਉਂਕਿ ਕੋਈ ਵੀ ਦਸਤਾਰ ਬੰਨੋਗੇ ਤਾਂ ਜੇ ਤੁਸੀਂ ਥੱਲੇ ਵਾਲੇ ਪੱਲੇ ਹਾਈਡ ਕਰਨੇ ਨੇ ਤਾਂ ਪਹਿਲਾ ਪਿੰਚ ਜੇ ਤੁਸੀਂ ਇੱਥੇ ਲਗਾਓਗੇ ਅੱਗੇ ਅੱਗੇ ਮੂਵ ਕਰੀ ਜਾਂਦਾ ਹੈ ਪੱਲਾ, ਤਾਂ ਥੱਲੇ ਵਾਲੇ ਪੱਲੇ ਆਪਣੇ ਆਪ ਹਾਈਡ ਹੋਣਗੇ। ਇਹ ਸੀ ਮੂਵਮੈਂਟ ਆਪਣੇ 4th ਲੜ ਤੱਕ ਕਰਾਂਗੇ, ਉਸ ਤੋਂ ਬਾਅਦ ਨਹੀਂ ਕਰਨੀ, ਅਤੇ ਦਸਤਾਰ ਦੇ ਵਿੱਚ ਦੂਜਾ ਪਿੰਚ ਕਰਨਾ ਜ਼ਰੂਰੀ ਆ ਜਿਹਦੇ ਨਾਲ ਦੋਨੋਂ ਪਾਸੇ ਲੜ ਜਿਹੜਾ ਤੈਅ ਹੋ ਜਾਂਦਾ ਹੈ ਅਤੇ ਸਫਾਈ ਬਹੁਤ ਸੋਹਣੀ ਬਣ ਜਾਂਦੀ ਹੈ।
सीधी सिंपल पग दे विच पल्लियां नूं चौड़ा रखना बहुत ज़्यादा जरूरी है, क्योंकि इन्हां पल्लियां दे उपर ही दस्तार दी जिहड़ी शेप है वह डिपेंड करती है। जिवें कि तुसीं कह सकदे हो कि 4 to 5 उंगलां दा गैप तुसीं रख सकदे हो इह पल्ले दे विच, देख सकदे हो तुसीं। कई मेरे वीर इस तों उपर भी रख लैंदे ने पर इहदी लोड़ नहीं हुंदी तां कि अपनी पग दी पुणी खराब ना होवे। खुली साइड थले रखनी आ, बन साइड उपर रखनी आ। खुली साइड ते बन साइड केड़ी साइड हुंदी है हुण ध्यान नाल सुणो। पूनी करदे होया जिहड़ी साइड उपर हुंदी आ पग बंधदे होया उह साइड थले हुंदी आ। कहण दा मतलब कि पूनी करदे होए जिहड़ी साइड असीं उपर फड़दे दो पासे हुंदे ने पूनी करदे होए उहनूं शेक करके असीं उह दो पासे अपने खुले आ जांदे ने, पग बंधदे होए उह रोटेट हो जांदे ने, मतलब कि थले करीदे आ। मतलब पहले पल्ले दे राइट साइड ते जे तुसीं खुला पासा रखोगे तां अपने आप थले वाले पासे आ जाएगा, इह ध्यान रखना है। खुली साइड थले, बन साइड उपर, मतलब मोटी साइड उपर ते पत्ती साइड थले। हुण जिवें तुसीं चाहुंदे हो कि उपरों भी लड़ जिहड़े साफ होण तां इह ध्यान रखना है कि उपरों एक हल्का जिहा बरीक जिहा पल्ला कढ के इहनूं तुसीं अंदर गोल कर सकदे हो, हल्का जिहा, ज़्यादा नहीं करना, हल्का जिहा गोल करना। अगेन इस पल्ले दे बराबर लावांगे पिछों दबा के, पिछों असीं थले दबा के बराबर लावांगे, बिल्कुल टॉप ते साफ कर लांगे। साफ इदां हाथ पा के तुसीं कर सकदे हो, जिन्ना ज़्यादा तुसीं हाथ फेरोगे साफ हो ही जाएगा पल्ला। हल्का जिहा कन्न कवर कर लेना। एंड हुण ध्यान रखना है कि जिहड़ा असीं पिंच लावांगे, जिवें असीं पहला पिंच इत्थे लाया सी सज्जी अख दे उपर, उस तों अगे लगेगा थोड़ा जिहा, हुण लगेगा नक ते अख दे विचकार। हत्थां दी पोजिशन दा ध्यान रख्या करो कि थल्ले वाला किनारा ते उपरला किनारा प्रॉपरली खिचाच रखना है। उस तों बाद आप जी ने पिंच करना है। पिंच देखो सी बना के ओ बनाउणा हुंदा है, इह ध्यान रखना है। जिवें कि आप जी नूं दस्सिया सी कि दस्तार बंधे होया जिहड़ी अपनी पग दी सिउण विचकार नहीं आएगी, सो पूनी दा खास ख्याल रखना है। तुसीं देख सकदे हो कि पल्लियां दे विच जिहड़ी सिउण है उह बिल्कुल नहीं आएगी। किसी पल्ले नूं मोटा करन लई, सफाई देण लई तुसीं उहनूं खिच के अंदर फोल्ड कर सकदे हो। ਇਹ ਦਸਤਾਰ ਦਾ ਤੀਜਾ ਪੱਲਾ ਆ, ਸੋ ਇਹਨੂੰ ਅਸੀਂ ਖਿਲਾਰਨਾ ਹੈ ਤਾਂ ਕਿ ਆਪਣੇ ਉੱਪਰਲੀ ਸਾਈਡ ਤੋਂ ਦਸਤਾਰ ਜਿਹੜੀ ਬਰਾਬਰ ਜਾ ਸਕੇ ਐਂਡ ਲੈਫਟ ਸਾਈਡ 'ਤੇ ਆਪਣਾ ਫਸਟ ਪੱਲਾ ਬਣੇ। ਇਹ ਵਾਲੀ ਸਾਈਡ ਤੋਂ ਪਹਿਲਾ ਪੱਲਾ ਚਾਹੀਦਾ ਸਾਨੂੰ ਟੋਪ 'ਤੇ, ਜਿਵੇਂ ਰਾਈਟ ਸਾਈਡ 'ਤੇ ਦੋ ਪੱਲੇ ਬਣੇ ਨੇ ਅਤੇ ਇੱਦਾਂ ਸਾਨੂੰ ਇਹ ਪਹਿਲਾ ਪੱਲਾ ਮਿਲਿਆ ਇੱਥੇ ਅਤੇ ਚੌਥਾ ਪੱਲਾ ਲੱਗੇਗਾ ਅਤੇ ਇੱਥੇ ਦੋ ਪੱਲੇ ਬਣ ਜਾਣਗੇ ਉੱਪਰਲੇ ਪਾਸੇ। ਸੋ ਦੋਨੋਂ ਪਾਸੇ ਸਫਾਈ ਜ਼ਰੂਰੀ ਆ ਤਾਂ ਤੁਸੀਂ ਇਹਦੇ ਉੱਪਰ ਹਲਕਾ ਟਾਈਮ ਲਗਾ ਸਕਦੇ ਹੋ। ਪੱਗ ਬੰਨ੍ਹਦੇ ਹੋਏ ਘੁੰਮਣਾ ਜ਼ਰੂਰੀ ਆ। ਐਂਡ ਹੁਣ ਲਾਵਾਂਗੇ ਅਸੀਂ ਆਪਣਾ ਚੌਥਾ ਪੱਲਾ, ਚੌਥਾ ਲੜ। ਖੁੱਲ੍ਹੀ ਸਾਈਡ ਥੱਲੇ, ਬੰਨ੍ਹ ਸਾਈਡ ਉੱਪਰ ਰੱਖਣੀ ਆ, ਧਿਆਨ ਰੱਖਣਾ। ਬੈਕ ਸਾਈਡ ਤੋਂ ਪੱਲਾ ਦਬਾ ਕੇ ਸੇਮ ਬਾਕੀ ਪੱਲਿਆਂ ਨਾਲ ਲਗਾਵਾਂਗੇ, ਬਿਲਕੁਲ ਪੈਰਲਲ ਬਰਾਬਰ ਉੱਪਰਲੀ ਸਾਈਡ ਤੋਂ ਵੀ ਖਿੱਚਣਾ ਜ਼ਰੂਰੀ ਹੈ ਇਹਨੂੰ ਥੱਲੇ ਨੂੰ। ਐਂਡ ਇਹਦੇ ਵਿੱਚ ਅਸੀਂ ਪੂਰਾ ਕੰਨ ਕਵਰ ਕਰਕੇ ਆਪਣੇ ਆਈਬ੍ਰੋ ਤੱਕ ਪੱਲਾ ਲਿਆਵਾਂਗੇ। ਹੁਣ ਨੋਜ਼ ਦੇ ਸੈਂਟਰ 'ਤੇ ਆ ਕੇ ਪਿੰਚ ਕਰਾਂਗੇ। ਪਿੰਚ ਦੇਖੋ ਕਿੱਦਾਂ ਕਰਨਾ ਹੈ, ਉੱਪਰੋਂ ਪੱਲਾ ਸੈੱਟ ਕੀਤਾ, ਚੌਥਾ ਪੱਲਾ ਬਿਲਕੁਲ ਨੋਜ਼ ਦੇ ਸੈਂਟਰ 'ਤੇ ਲਾਵਾਂਗੇ ਅਤੇ ਕੋਸ਼ਿਸ਼ ਕਰਨੀ ਹੈ ਕਿ ਥੋੜ੍ਹਾ ਜਿਹਾ ਮਤਲਬ ਕਿ ਅੱਗੇ ਪਿੰਚ ਕਰਾਂਗੇ ਤਾਂ ਇਹ ਸੈਂਟਰ 'ਚ ਆ ਜਾਏਗਾ। ਤੁਸੀਂ ਦੇਖ ਸਕਦੇ ਹੋ ਉੱਪਰੋਂ ਦਬਾਉਣਾ ਪਹਿਲਾਂ, ਇੱਦਾਂ ਇਕੱਠਾ ਦਬਾਵਾਂਗੇ ਸੀ ਬਣਾ ਕੇ। ਉਹ ਆਹ ਦੇਖੋ ਪਿਛਲੀ ਸਾਈਡ ਤੋਂ ਦੇਖ ਸਕਦੇ ਤੁਸੀਂ, ਇੱਦਾਂ ਹੱਥ ਟੱਚ ਹੋ ਗਿਆ ਪੂਰਾ। ਪੱਲੇ ਸਾਫ਼ ਕਰਾਂਗੇ, ਧਿਆਨ ਨਾਲ ਨਾਲ ਰੱਖੀ ਜਾਣਾ ਹੈ ਕਿ ਇਸ ਜਗ੍ਹਾ ਦੇ ਵਿੱਚ ਡੈਂਟ ਨਹੀਂ ਪੈਣਾ ਚਾਹੀਦਾ। ਇਹ ਕਾਫ਼ੀ ਮੇਰੇ ਵੀਰਾਂ ਦਾ ਡੈਂਟ ਪੈ ਜਾਂਦਾ ਹੁੰਦਾ। ਇਹ ਕਿਉਂ ਪੈਂਦਾ ਹੁੰਦਾ, ਕਿਉਂਕਿ ਮੋਟੀ ਸਾਈਡ ਇੱਥੇ ਥੱਲੇ ਹੋ ਜਾਂਦੀ, ਕੱਪੜਾ ਜ਼ਿਆਦਾ ਆ ਜਾਂਦਾ ਅਤੇ ਉੱਪਰੋਂ ਵੀ ਮੋਟਾ ਜ਼ਿਆਦਾ ਪਾਸਾ ਜਿਹੜਾ ਉੱਪਰ ਆ ਜਾਂਦਾ ਅਤੇ ਸੈਂਟਰ 'ਚ ਖਾਲੀ ਹੋ ਜਾਂਦਾ, ਉਹਦੇ ਨਾਲ ਇੱਥੇ ਫਿਰ ਇੱਕ ਡੈਂਟ ਦੀ ਫੀਲਿੰਗ ਆਉਂਦੀ ਹੈ, ਉਹ ਨਹੀਂ ਆਉਣੀ ਚਾਹੀਦੀ। ਪਿੰਚ ਕਰਾਂਗੇ, ਆਪ ਜੀ ਦੇਖ ਸਕਦੇ ਹੋ ਕਿ ਉੱਪਰਲੀ ਸਾਈਡ ਤੋਂ ਦੋ ਪੱਲੇ ਬਣ ਚੁੱਕੇ ਨੇ। ਸਫਾਈ ਦੇਣ ਲਈ ਆਪਾਂ ਹੱਥ ਫੇਰ ਸਕਦੇ ਹਾਂ, ਸ਼ੇਪ ਦੇਣ ਲਈ ਵੀ ਇੱਦਾਂ ਸੇਮ ਤਰੀਕੇ ਨਾਲ ਹੱਥ ਫੇਰਨਾ ਹੈ ਉੱਪਰੋਂ।
ਹੁਣ ਅਖੀਰਲਾ ਪੱਲਾ ਲਾਵਾਂਗੇ ਕਲਗੀ ਵਾਲਾ ਪੱਲਾ। ਧਿਆਨ ਰੱਖਣਾ ਆ ਕਿ ਇਹ ਪੱਲਾ ਪੂਰਾ ਸਾਫ਼ ਹੋਣਾ ਚਾਹੀਦਾ ਆ ਐਂਡ ਇਹ ਨੋਜ਼ ਦੇ ਬਿਲਕੁਲ ਸੈਂਟਰ 'ਤੇ ਲੱਗਣਾ ਚਾਹੀਦਾ। ਪੱਲਿਆਂ ਦੀ ਜਿਹੜੀ ਚੌੜਾਈ ਆ ਉਹ ਨੀਅਰ ਅਬਾਊਟ ਇੱਕ ਗੇਟ ਤੋਂ ਥੋੜ੍ਹੀ ਜਿਹੀ ਘੱਟ ਹੋਣੀ ਚਾਹੀਦੀ, ਮਤਲਬ ਕਿ ਇੱਕ ਗੇਟ ਕਰ ਲਓ ਕੋਈ ਗੱਲ ਨਹੀਂ। ਇੱਥੇ ਜਿਵੇਂ ਪੱਲਾ ਸੈੱਟ ਕਰਦੇ ਹਾਂ ਤਾਂ ਇੱਕ ਗੇਟ ਹੋ ਸਕਦਾ ਆ, ਅਤੇ ਲਗਾਉਂਦੇ ਹੋਏ ਛੋਟਾ ਹੋ ਜਾਂਦਾ ਕਿਉਂਕਿ ਖਿਚਾਅ ਵਿੱਚ ਆ ਜਾਂਦਾ, ਸੋ ਇਹ ਛੋਟਾ ਹੋ ਜਾਏਗਾ। ਨੈਕਸਟ ਪੱਲਾ ਲਾਵਾਂਗੇ ਲਾਸਟ ਪੱਲਾ ਸੇਮ ਵੇ ਦੇ ਨਾਲ। ਬੈਕ ਸਾਈਡ ਦੇਖੋ, ਰਾਈਟ ਸਾਈਡ ਦੇ ਟੋਪ 'ਤੇ ਪਹਿਲਾਂ ਅਸੀਂ ਉੱਪਰੋਂ ਹਮੇਸ਼ਾ ਸੈੱਟ ਕਰਨਾ। ਉੱਪਰੋਂ ਸੈੱਟ ਕਰਨ ਦੇ ਨਾਲ ਹੀ ਸਾਰੀ ਪੱਗ ਸੈੱਟ ਹੁੰਦੀ ਆ। ਪਹਿਲਾਂ ਉੱਪਰੋਂ ਸੈੱਟ ਕੀਤਾ, ਬਾਅਦ 'ਚੋਂ ਥੱਲੇ ਖਿੱਚਾਂਗੇ ਪੱਲਾ। ਆਪ ਜੀ ਦੇਖ ਸਕਦੇ ਹੋ ਕਿ ਇੱਥੋਂ ਸੈੱਟ ਕਰਦੇ ਹੋਇਆਂ ਅਸੀਂ ਇਹ ਪੱਲੇ ਨੂੰ ਅੱਗੇ ਤੱਕ ਪੂਰਾ ਸੈੱਟ ਕੀਤਾ ਹੈ। ਇਹ ਦੇਖੋ ਜਿਵੇਂ ਪੂਰੀ ਪ੍ਰੋਪਰ ਆਰਕ ਵਾਲੀ ਫੀਲਿੰਗ ਹੁੰਦੀ ਹੈ, ਜਿਵੇਂ ਸਿੱਧੀ ਪੱਗ ਦੀ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਅਸੀਂ ਇਹਨੂੰ ਖੋਲ੍ਹ ਕੇ ਦੁਬਾਰਾ ਥੱਲੇ ਖਿੱਚਣਾ ਹੈ ਐਂਡ ਇੱਕੋ ਵਾਰ 'ਚ ਝਟਕਾ ਮਾਰ ਕੇ ਨਹੀਂ ਖਿੱਚਣਾ। ਇਹ ਸਭ ਤੋਂ ਵੱਡੀ ਗਲਤੀ ਹੁੰਦੀ ਹੈ, ਕਾਫੀ ਸਾਰੇ ਸਟੂਡੈਂਟਸ ਇੱਦਾਂ ਕਰਦੇ ਨੇ ਸਾਡੇ ਕਿ ਉੱਪਰ ਪੱਲਾ ਲਗਾ ਕੇ ਅਤੇ ਇੱਕਦਮ ਹੀ ਥੱਲੇ ਖਿੱਚ ਦਿੰਦੇ ਆ, ਅਤੇ ਇੱਥੋਂ ਜਿਹੜੀ ਆਪਣੀ ਮਜ਼ਬੂਤੀ ਆ ਉਹ ਹਿੱਲ ਜਾਂਦੀ ਆ, ਪੱਲਾ ਥੱਲੇ ਆ ਜਾਂਦਾ। ਇੱਦਾਂ ਨਹੀਂ ਹੋਣਾ ਚਾਹੀਦਾ। ਹੁਣ ਅਸੀਂ ਪਿੰਚ ਕਰਾਂਗੇ। ਪਿੰਚ ਕਰਨ ਤੋਂ ਪਹਿਲਾਂ ਤੁਸੀਂ ਉੱਪਰਲੇ ਪਾਸੇ ਹੋਏ ਪੱਲੇ ਸੈੱਟ ਕਰ ਸਕਦੇ ਹੋ, ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਉੱਦਾਂ ਤੁਸੀਂ ਇਹਨਾਂ ਨੂੰ ਮੈਨੇਜ ਕਰ ਸਕਦੇ ਹੋ। ਤੁਹਾਨੂੰ ਕੋਈ ਬੰਦਿਸ਼ ਨਹੀਂ ਹੈਗੀ ਕਿ ਤੁਸੀਂ ਇਹਨਾਂ ਨੂੰ ਇੰਨੀ ਉਚਾਈ 'ਤੇ ਰੱਖਣਾ ਜਾਂ ਘੱਟ ਉਚਾਈ 'ਤੇ ਰੱਖਣਾ ਆ। ਤੁਸੀਂ ਬਿਲਕੁਲ ਆਪਣੇ ਫੇਸ ਦੇ ਹਿਸਾਬ ਨਾਲ ਤੁਸੀਂ ਉੱਚਾ ਨੀਵਾਂ ਪੱਲਿਆਂ ਨੂੰ ਕਰ ਸਕਦੇ ਹੋ, ਜਿੱਦਾਂ ਤੁਹਾਨੂੰ ਠੀਕ ਲੱਗੇ। ਤੁਸੀਂ ਆਪਣੇ ਹੱਥ ਜਿਹੜੀ ਮੂਵਮੈਂਟ ਹੈ ਸਾਡੇ ਕੋਲੋਂ ਇੱਥੋਂ ਵੀਡੀਓ ਤੋਂ ਸਿੱਖ ਕੇ ਅਤੇ ਆਪਣੇ ਜਿਹੜੀ ਦਸਤਾਰ ਦੇ ਵਿੱਚ ਜਿੰਨੀ ਮਰਜ਼ੀ ਐਡਜਸਟਮੈਂਟ ਕਰ ਸਕਦੇ ਹੋ। ਹੁਣ ਦੇਖੋ ਇਹ ਪੱਲਾ ਜਿਹੜਾ ਲਾਇਆ ਸੀ ਇੱਥੇ ਆ ਕੇ ਬਰੀਕ ਰਹਿ ਗਿਆ, ਇਹਨੂੰ ਬਰੀਕ ਨੂੰ ਖਿੱਚ ਕੇ ਅੰਦਰ ਫੋਲਡ ਕਰਨਾ। ਅਗੇਨ ਬਰੀਕ ਨੂੰ ਖਿੱਚ ਕੇ ਅੰਦਰ ਫੋਲਡ ਕਰਨਾ। ਅਖੀਰਲਾ ਪੱਲਾ ਕਲਗੀ ਲਾਉਣ ਤੋਂ ਪਹਿਲਾਂ ਸਾਰੀ ਦਸਤਾਰ ਨੂੰ ਇੱਕ ਵਾਰੀ ਆਪਣੀ ਸ਼ੇਪ ਦੇ ਵਿੱਚ ਲਿਆਉਣਾ ਐਂਡ ਜਿੰਨੇ ਵੀ ਪੱਲੇ ਆਪਾਂ ਲਗਾਏ ਨੇ ਸਾਰੇ ਇੱਕ ਵਾਰੀ ਸੈੱਟ ਕਰ ਲੈਣੇ ਨੇ, ਚਾਹੇ ਤੁਸੀਂ ਸਿਲਾਈ ਮਾਰ ਕੇ ਸੈੱਟ ਕਰੋ ਚਾਹੇ ਹੱਥ ਨਾਲ ਕਰੋ, ਇੱਕ ਵਾਰੀ ਇਹਨਾਂ ਨੂੰ ਸ਼ੇਪ 'ਚ ਲਿਆਉਣਾ। ਅਖੀਰਲਾ ਪੱਲਾ ਲਾਉਣ ਲਈ ਤੁਸੀਂ ਨੋਜ਼ ਦੇ ਸੈਂਟਰ 'ਤੇ ਪਹਿਲਾਂ ਪਿੰਨ ਲਾਉਣੀ ਹੈ, ਅਤੇ ਨੋਜ਼ ਦੇ ਸੈਂਟਰ ਜਿੱਥੇ ਅਸੀਂ ਅੰਗੂਠਾ ਲਾਇਆ ਸੀ ਉੱਥੇ ਥੋੜ੍ਹੀ ਅੱਗੇ ਲਾਵਾਂਗੇ। ਅਖੀਰਲੇ ਪੱਲੇ ਦੀ ਪੂਣੀ ਕਰਾਂਗੇ। ਪੂਣੀ ਦੇਖੋ ਕਿੱਦਾਂ ਕਰਨੀ ਹੈ। ਵੈਸੇ ਤਾਂ ਪਹਿਲਾਂ ਹੀ ਪੱਲਾ ਸੈੱਟ ਹੁੰਦਾ ਹਮੇਸ਼ਾ, ਜਦੋਂ ਅਸੀਂ ਦਸਤਾਰ ਨੂੰ ਰੂਲ ਦੇ ਹਿਸਾਬ ਨਾਲ ਬੰਨਾਂਗੇ, ਮਤਲਬ ਕਿ ਆਪ ਘੁੰਮਾਂਗੇ ਪੱਗ ਬੰਨ੍ਹਦੇ ਹੋਏ, ਤਾਂ ਪੂਣੀ ਇਹਦੀ ਖਰਾਬ ਨਹੀਂ ਹੁੰਦੀ, ਬਸ ਉਹਨੂੰ ਹਲਕਾ ਜਿਹਾ ਮੈਨੇਜ ਕਰਨਾ ਹੁੰਦਾ। ਇਹਦੇ ਵਿੱਚ ਵੀ ਪਹਿਲਾਂ ਅਸੀਂ ਉੱਪਰਲੀ ਸਾਈਡ ਤੋਂ ਪੱਲਾ ਸੈੱਟ ਕਰਾਂਗੇ, 99 ਦੇ ਹਾਫ 'ਤੇ ਲਾਵਾਂਗੇ। ਮੋਰਨੀ ਪੱਗ ਦੇ ਵਿੱਚ ਤੁਸੀਂ ਅਖੀਰਲੇ ਪੱਲੇ ਨੂੰ ਹਲਕਾ ਜਿਹਾ ਪਾਣੀ ਲਗਾ ਸਕਦੇ ਹੋ, ਤੁਸੀਂ ਆਪਣੀ ਨੈਸੈਸਿਟੀ ਦੇ ਅਕੋਰਡਿੰਗ, ਕਿਉਂਕਿ ਇਹਨੂੰ ਸ਼ੇਪ ਦੇਣੀ ਹੁੰਦੀ ਆ, ਸੋ ਪਾਣੀ ਥੋੜ੍ਹਾ ਜਿਹਾ ਹੈਲਪ ਕਰਦਾ ਆ ਸ਼ੇਪ ਦੇਣ ਦੇ ਵਿੱਚ। ਥੱਲੇ ਲੈ ਕੇ ਆਵਾਂਗੇ, ਪਿੰਨ ਦੇ ਨਾਲ ਅੜਾਵਾਂਗੇ। ਪਿੰਨ ਦੇ ਨਾਲ ਅੜਾ ਕੇ ਪਹਿਲਾਂ ਇਹਨੂੰ ਸਿੱਧਾ ਕਰਕੇ ਦੈਨ ਇਹਨੂੰ ਅਸੀਂ ਪੁੱਠਾ ਘੁਮਾਵਾਂਗੇ। ਜਿਹੜੀ ਅਸੀਂ ਕਲਗੀ ਇੱਦਾਂ ਸਿੱਧੀ ਬਣਾਈ ਆ ਇਹਨੂੰ ਅਸੀਂ ਪੁੱਠਾ ਕਰਾਂਗੇ, ਬਿਲਕੁਲ ਬੈਕ ਸਾਈਡ ਅੱਗੇ ਆਉਣੀ ਚਾਹੀਦੀ ਆ, ਧਿਆਨ ਰੱਖਣਾ। ਅਖੀਰਲੇ ਪੱਲੇ ਨੂੰ ਲਾ ਕੇ
ਤੁਸੀਂ ਇੱਕ ਟ੍ਰਿਕ ਯੂਜ਼ ਕਰਨਾ ਹੈ, ਜਿਵੇਂ ਆਹ ਦੇਖੋ ਅੱਖ ਦੇ ਉੱਪਰ ਜ਼ਿਆਦਾ ਆ, ਐਂਡ ਇਹਨੂੰ ਹੋਰ ਜ਼ਿਆਦਾ ਖਿੱਚ ਕੇ ਉੱਪਰ ਨੂੰ ਫੋਲਡ ਕਰਕੇ ਹਾਫ ਫੋਲਡ ਕਰਨਾ ਆ। ਇਹਦੇ ਨਾਲ ਫਾਇਦਾ ਆਪਾਂ ਨੂੰ ਇਹ ਹੋਏਗਾ ਕਿ ਇੱਥੋਂ ਵੀ ਆਪਾਂ ਨੂੰ ਅਖੀਰਲਾ ਪੱਲਾ ਮੋਟਾ ਮਿਲੇਗਾ, ਸਾਫ਼ ਮਿਲੇਗਾ ਅਤੇ ਮਜ਼ਬੂਤ ਮਿਲੇਗਾ। ਜਿਵੇਂ ਆਪਣਾ ਪਹਿਲਾ ਪੱਲਾ ਮਜ਼ਬੂਤ ਆ, ਉਵੇਂ ਅਖੀਰਲਾ ਪੱਲਾ ਵੀ ਮਜ਼ਬੂਤ ਹੋ ਜਾਂਦਾ। ਸੋ ਛੋਟੇ ਛੋਟੇ ਜਿਹੜੇ ਟ੍ਰਿਕਸ ਨੇ ਯੂਜ਼ ਜ਼ਰੂਰ ਕਰਿਆ ਕਰੋ। ਸਿਰ ਢੱਕਣ ਲਈ ਆਪ ਜੀ ਨੇ ਸਭ ਤੋਂ ਪਹਿਲਾਂ ਪੱਲਾ ਉੱਪਰੋਂ ਕੱਢਣਾ ਹੈ, ਇਹਨੂੰ ਖੋਲ੍ਹ ਲੈਣਾ। ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਖੁੱਲ੍ਹੀ ਸਾਈਡ ਅਸੀਂ ਸੱਜੇ ਪਾਸੇ ਰੱਖੀ ਸੀ, ਰਾਈਟ ਸਾਈਡ 'ਤੇ। ਇੱਦਾਂ ਹੀ ਪੱਲੇ ਨੂੰ ਖੋਲ੍ਹਣਾ ਹੈ ਅਸੀਂ, ਖੋਲ੍ਹ ਕੇ ਪ੍ਰੋਪਰਲੀ ਆਪਣੇ ਸਿਰ ਤੋਂ ਵੱਧ ਖੋਲ੍ਹਣਾ, ਥੋੜ੍ਹਾ ਜਿਹਾ ਚੌੜਾ ਖੋਲ੍ਹਣਾ। ਧਿਆਨ ਰੱਖਣਾ ਹੈ ਕਿ ਫਰੰਟ ਤੋਂ ਕੋਈ ਵੀ ਵੱਟ ਨਾ ਆਵੇ। ਹੁਣ ਅਸੀਂ ਦੋਨੋਂ ਪਾਸੇ ਫਿੱਟ ਕਰਾਂਗੇ, ਪਹਿਲਾਂ ਹੱਥ ਨਾਲ ਕਰਾਂਗੇ, ਬਾਅਦ 'ਚ ਸਿਲਾਈ ਫਿਰਾਂਗੇ। ਖੱਬੇ ਹੱਥ ਨਾਲ ਪੱਲੇ ਚੁੱਕਾਂਗੇ, ਸੱਜੇ ਹੱਥ ਨਾਲ ਵਿੱਚ ਪਾਵਾਂਗੇ। ਖੱਬਾ ਹੱਥ ਮਤਲਬ ਲੈਫਟ ਹੈਂਡ। ਦੂਜੇ ਪਾਸੇ ਹੂੰ ਇੱਦਾਂ ਪੱਲਾ ਚੁੱਕ ਕੇ ਰਾਈਟ ਹੈਂਡ ਨਾਲ ਅਤੇ ਲੈਫਟ ਹੈਂਡ ਨਾਲ ਪਾਉਣਾ ਹੈ। ਹੱਥਾਂ ਦੇ ਪਾਉਣ ਦੇ ਨਾਲ ਇਹ ਫਾਇਦਾ ਹੋਏਗਾ ਕਿ ਸਾਨੂੰ ਉੱਪਰਲੀ ਸਾਈਡ ਤੋਂ ਪ੍ਰੋਪਰਲੀ ਪਤਾ ਲੱਗੇਗਾ ਕਿ ਸਿਰ ਢੱਕਿਆ ਗਿਆ ਕਿ ਨਹੀਂ। ਕਈ ਮੇਰੇ ਵੀਰ ਸਿੱਧਾ ਹੀ ਸਿਲਾਈ ਯੂਜ਼ ਕਰਦੇ ਨੇ, ਉਹਦੇ ਨਾਲ ਪੱਗ ਵੀ ਫਟ ਸਕਦੀ ਹੁੰਦੀ ਆ। ਸੋ ਇਹ ਧਿਆਨ ਰੱਖਣਾ ਆ। ਖਿੱਚ ਕੇ ਪੱਗ ਪੂਰੀ ਬਰਾਬਰ ਕਰ ਲੈਣੀ ਆਪਾਂ। ਸਿਲਾਈ ਦੀ ਹੈਲਪ ਨਾਲ ਸਿਰ ਢੱਕਾਂਗੇ, ਮਤਲਬ ਕਿ ਫਿਨਿਸ਼ਿੰਗ ਟੱਚ ਦੇ ਦਾਂਗੇ ਅਤੇ ਜਿੰਨੇ ਵੀ ਆਪਣੇ ਉੱਪਰਲੇ ਪੱਲੇ ਆ ਹਲਕੇ ਹਲਕੇ ਸਾਫ਼ ਕਰ ਲਾਂਗੇ। ਇੱਥੇ ਫਰੰਟ 'ਤੇ ਹਮੇਸ਼ਾ ਵੱਟ ਹੁੰਦੇ ਨੇ ਕਿਉਂਕਿ ਇੱਥੇ ਅਸੀਂ ਪਿੰਚ ਲਾਇਆ ਹੁੰਦਾ। ਲੁੱਪੀ ਵਾਲਾ ਪੱਲਾ ਪਹਿਲਾਂ ਅਸੀਂ ਦੋਨੋਂ ਪਾਸਿਓਂ ਖੋਲ੍ਹ ਕੇ ਤੈਅ ਕਰਾਂਗੇ, ਜਿਵੇਂ ਪੱਗ ਦੀ ਬੂਣੀ ਕਰਦੇ ਹਾਂ। ਅਤੇ ਪਿਛਲੇ ਪੱਲੇ ਸੈੱਟ ਕਰਕੇ ਉੱਪਰ ਨੂੰ ਖਿੱਚ ਲੈਣਾ, ਇਹਨੂੰ ਐਂਡ ਵਿੱਚ ਫਿੱਟ ਕਰ ਲਾਂਗੇ, ਬਾਕੀ ਸਾਰਾ ਸਾਈਡ 'ਤੇ। ਸੈਂਟਰ 'ਚ ਫਿੱਟ ਕਰਕੇ ਹਮੇਸ਼ਾ ਲੈਫਟ ਸਾਈਡ 'ਤੇ ਫਿੱਟ ਕਰਨਾ ਕਿਉਂਕਿ ਇੱਥੇ ਸਪੇਸ ਜ਼ਿਆਦਾ ਹੁੰਦੀ, ਰਾਈਟ ਸਾਈਡ 'ਤੇ ਨਹੀਂ ਕਰਨਾ। ਸੋ ਜੀ, ਸਿੰਪਲ 5 ਰਣਾਂ ਵਾਲੀ 6 ਮੀਟਰ ਦੇ ਵਿੱਚ ਦਸਤਾਰ ਜਿਹੜੀ ਸੱਜ ਕੇ ਰੈਡੀ ਹੈ। ਇਸ ਤਰੀਕੇ ਨਾਲ ਤੁਸੀਂ ਇਹਨੂੰ ਸਜਾ ਕੇ ਆਪਣੀ ਦਸਤਾਰ ਦੇ ਵਿੱਚ ਸੁਧਾਰ ਕਰਨਾ ਆ। ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਜਿਹੜੀ ਸਾਡੀ ਵੀਡੀਓ ਦਾ ਜਿਹੜਾ ਟਿਊਟੋਰੀਅਲ ਆ ਇਹ ਜ਼ਰੂਰ ਪਸੰਦ ਆਇਆ ਹੋਵੇਗਾ। ਜੇ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਇਹਨੂੰ ਲਾਈਕ ਜ਼ਰੂਰ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਤੁਹਾਨੂੰ ਜਿਹੜੀ ਸਾਡੀ ਵੀਡੀਓਜ਼ ਨੇ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ। ਇਸੇ ਤਰੀਕੇ ਨਾਲ ਅਸੀਂ ਦਸਤਾਰਾਂ ਦੀਆਂ ਟਿਊਟੋਰੀਅਲ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਮਿਲਾਂਗੇ ਅਗਲੀ ਵੀਡੀਓ ਦੇ ਵਿੱਚ, ਉਹਦੀ ਦੇਰ ਤੱਕ ਲਈ ਸਾਨੂੰ ਦੇ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।